ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਹਮੇਸ਼ਾ ਦੀ ਤਰ੍ਹਾਂ ਅੱਜ ਵੀ ਆਪ ਜੀ ਦੇ ਨਾਲ ਅੱਜ ਦਾ ਇਤਿਹਾਸ ਪ੍ਰੋਗਰਾਮ ਰਾਹੀਂ ਆਪ ਜੀ ਦੇ ਨਾਲ ਵਿਸ਼ੇਸ਼ ਗੱਲਬਾਤ ਜਿਹੜੀ ਹੈ ਉਹ ਕਰਾਂਗੇ। ਸੋ ਅੱਜ ਦਾ ਇਤਿਹਾਸ ਜਿਹੜਾ ਪ੍ਰੋਗਰਾਮ ਹੈ, ਅੱਜ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਵਿੱਚ ਸਿੱਖੀ ਨੂੰ ਕਮਾਉਣ ਵਾਲੇ, ਜਿਨ੍ਹਾਂ ਦਾ ਗੁਰ ਇਤਿਹਾਸ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਬੜਾ ਅਹਿਮ ਸਥਾਨ ਹੈ, ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ, ਤਿਨ੍ਹਾਂ ਦਾ ਅੱਜ ਬਰਸੀ ਦਾ ਦਿਹਾੜਾ ਹੈ। ਅੱਜ ਬਾਬਾ ਬੁੱਢਾ ਸਾਹਿਬ ਜੀ ਦੇ ਬਰਸੀ ਦਿਹਾੜੇ ਦੇ ਉੱਪਰ ਆਪ ਸੰਗਤਾਂ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਜਿਵੇਂ ਸਮੇਂ ਸਮੇਂ ਸਿਰ ਅੱਜ ਦਾ ਇਤਿਹਾਸ ਪ੍ਰੋਗਰਾਮ ਰਾਹੀਂ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਈ ਦੀ ਹੈ। ਅੱਜ ਉਸ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਬਾਰੇ ਆਪਣਾ ਵਿਚਾਰਾਂ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਪਿੰਡ ਕੱਥੂ ਨੰਗਲ, ਡਿਸਟ੍ਰਿਕਟ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਹੜਾ ਹੋਇਆ। ਬਾਬਾ ਬੁੱਢਾ ਸਾਹਿਬ ਜੀ ਦਾ ਪਹਿਲਾ ਨਾਂ ਬੂੜਾ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬਾਬਾ ਬੁੱਢਾ ਸਾਹਿਬ ਦੇ ਨਗਰ ਕੱਥੂ ਨੰਗਲ ਵਿਖੇ ਆਏ ਅਤੇ ਬਾਹਰ ਬੈਠੇ ਸਨ, ਬਾਹਰ ਬੈਠ ਕੇ ਗੁਰਬਾਣੀ ਗਾ ਰਹੇ ਸਨ, ਸ਼ਬਦ ਗਾ ਰਹੇ ਸਨ, ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਹੈ ਉਹ ਦੁੱਧ ਦਾ ਛੰਨਾ ਲਿਆ ਕੇ ਭੇਟ ਕੀਤਾ। ਦੁੱਧ ਦਾ ਛੰਨਾ ਭੇਟ ਕਰਕੇ ਅਤੇ ਬਚਨ ਕੀਤੇ ਗੁਰੂ, ਬਾਬਾ ਮੈਨੂੰ ਮੌਤ ਦੇ ਡਰ ਤੋਂ ਦੂਰ ਕਰ ਦੇ, ਮੌਤ ਦੇ ਭੈ ਤੋਂ ਦੂਰ ਕਰ ਦੇ। ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ, ਤੇਰੀ ਉਮਰ ਬੜੀ ਛੋਟੀ ਹੈ, ਉਮਰ ਤੇਰੀ ਬੱਚਿਆਂ ਵਾਲੀ ਹੈ, ਅਤੇ ਗੱਲਾਂ ਤੂੰ ਸਿਆਣਿਆਂ ਵਾਲੀਆਂ ਬੁੱਢਿਆਂ ਵਾਲੀਆਂ ਕਰਦਾ, ਤੈਨੂੰ ਇਹ ਸੋਚ ਕਿੱਥੋਂ ਆਈ, ਅਜੇ ਤੂੰ ਬੜਾ ਛੋਟਾ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਸਰਕਾਰ ਹਕੂਮਤ ਦੇ ਬੰਦੇ ਆਉਂਦੇ ਨੇ ਘੋੜਿਆਂ ਦੇ ਉੱਪਰ, ਅਤੇ ਜਿਹੜੀਆਂ ਫਸਲਾਂ ਉਹ ਉਜਾੜ ਦਿੰਦੇ ਨੇ, ਨਾ ਕੱਚੀ ਵੇਖਦੇ, ਨਾ ਪੱਕੀ ਵੇਖਦੇ, ਨਾ ਡੱਡਰੀ ਵੇਖਦੇ ਨੇ, ਅਤੇ ਇਸੇ ਤਰ੍ਹਾਂ ਜਦੋਂ ਮੌਤ ਆਏਗੀ ਉਸਨੇ ਕੋਈ ਉਮਰ ਨਹੀਂ ਦੇਖਣੀ। ਬਾਬਾ ਗੁਰਬਾਣੀ 'ਚ ਵੀ ਫਰਮਾਨ ਹੈ, ਹਰੀ ਨਹੀਂ ਨੈ ਡੁੱਬਰੀ ਪੱਕੀ ਵੱਢਣ ਹਾਰ, ਜਾਂ ਜੈਸੇ ਕਿਰਸਾਨ ਬੋਵੇ ਕਿਰਸਾਣੀ ਕਾਚੀ ਪਾਕੀ ਵੱਢ ਪੁਰਾਣੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਉਮਰ ਬੜੀ ਛੋਟੀ ਹੈ, ਗੱਲਾਂ ਬੁੱਢਿਆਂ ਵਾਲੀਆਂ ਕਰਦਾ, ਜਾਂ ਅੱਜ ਤੋਂ ਤੇਰਾ ਨਾਂ ਬੁੱਢਾ ਹੋਇਆ। ਬਾਬਾ ਬੁੱਢਾ ਸਾਹਿਬ ਜੀ ਦਾ ਜਨਮ 1506 ਦਾ ਹੈ ਕੱਥੂ ਨੰਗਲ ਵਿਖੇ। ਔਰ ਸਾਧ ਸੰਗਤ, ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਦੀਰਘ ਆਰਜੂ ਹੋਏਗੀ, ਚਰਿੰਕਾਲ ਜੀਓਗੇ ਤੁਸੀਂ। ਅਤੇ ਉਸ ਸਮੇਂ ਜਿਵੇਂ ਬਚਨ ਕੀਤਾ ਵੀ ਤੂੰ ਅੱਜ ਤੋਂ ਤੇਰਾ ਨਾਂ ਬੁੱਢਾ ਹੋਇਆ, ਅਤੇ ਇਤਿਹਾਸ ਦੇ ਵਿੱਚ ਜੇ ਅਸੀਂ ਢਾਡੀਆਂ ਨੂੰ ਜਾਂ ਕੁਸ਼ਰੀ ਪ੍ਰਸੰਗ ਸੁਣਨੇ ਹੋਣ, ਅਤੇ ਜਿਹੜੇ ਢਾਡੀ ਜਾਂ ਕੁਸ਼ਰੀ ਪ੍ਰਸੰਗ ਨੇ ਉਹਨਾਂ ਵਿੱਚ ਥੋੜ੍ਹਾ ਕਵੀ ਰਸ ਪਾਇਆ ਹੁੰਦਾ, ਜਿਵੇਂ ਦਾਸ ਨੇ ਇੱਕ ਸੁਣੀ ਸੀ ਕਵਿਤਾ ਕੁਸ਼ਰੀ ਦੇ ਬਾਬਾ ਬੋੜ ਭਾਈ ਜੋਗਾ ਸਿੰਘ ਜੋਗੀ ਦੀ, ਅਤੇ ਉਹਨਾਂ ਨੇ ਥੋੜ੍ਹਾ ਜਿਹਾ ਹਾਸ ਰਸ ਵਿੱਚ ਪਾਇਆ ਵੀ ਬਾਬਾ ਬੁੱਢਾ ਸਾਹਿਬ ਜੀ ਘਰੋਂ ਚੋਰੀ ਦੁੱਧ ਦਾ ਛੰਨਾ ਲੈ ਕੇ ਆਏ, ਅਤੇ ਮਾਂ ਕਿਤੇ ਤੰਦੂਰ 'ਤੇ ਰੋਟੀਆਂ ਲਾਉਂਦੀ ਸੀ, ਉਹ ਵੀ ਮਗਰ ਮਗਰ ਉਹ ਤੰਦੂਰ ਵਾਲੀ ਖੋਲਣੀ ਜਿਹਦੇ ਨਾਲ ਅਸੀਂ ਇੱਕ ਕੋਲੇ ਇੱਧਰ ਉੱਧਰ ਕਰਦੇ ਉਹ ਹੱਥ 'ਚ ਫੜ ਕੇ, ਮਗਰ ਆ ਗਈ ਵੀ ਦੁੱਧ ਲੈ ਕੇ ਬੂੜਾ ਕਿੱਥੇ ਚੱਲਿਆ। ਅਤੇ ਕਹਿੰਦੇ ਦੁੱਧ ਭੇਟ ਕੀਤਾ ਗੁਰੂ ਨਾਨਕ ਪਾਤਸ਼ਾਹ ਨੂੰ, ਅਤੇ ਕਹਿੰਦੇ ਮਹਾਰਾਜ ਛੇਤੀ ਛੇਤੀ ਅੰਮ੍ਰਿਤ ਛਕ ਦੁੱਧ ਛਕ ਲਓ, ਪਿਛਲੇ ਬੰਨੇ ਮਾਂ ਆਉਂਦੀ ਜੇ, ਅਤੇ ਹੱਥ ਵਿੱਚ ਤੰਦੂਰ ਵਾਲੀ ਸੋਟੀ ਬੜੀ ਗਰਮ ਜੇ। ਅਤੇ ਕਹਿੰਦੇ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਤੂੰ ਅੱਜ ਤੋਂ ਬੁੱਢਾ ਹੋਇਆ, ਬੁੱਢਿਆਂ ਵਾਲਾ ਸਰੂਪ ਦੇ ਦਿੱਤਾ, ਅਤੇ ਮਾਂ ਪਛਾਣ ਨਾ ਸਕੇ। ਅਤੇ ਵੇਖ ਕੇ ਬਾਬਾ ਬੁੱਢਾ ਸਾਹਿਬ ਕਹਿੰਦੇ ਵੀ ਬਾਬਾ ਜੀ ਆਹ ਕੀ ਕਰ ਦਿੱਤਾ, ਜੇ ਮਾਂ ਇੱਕ ਮਾਰ ਲੈਂਦੀ ਦੋ ਮਾਰ ਲੈਂਦੀ, ਬੁੱਢਿਆਂ ਥੋੜ੍ਹੀ ਕਰ ਦੇਣਾ ਸੀਗਾ। ਸੋ ਕਹਿਣ ਦਾ ਭਾਵ ਵੀ ਜਿਹੜੇ ਕਵਿਸ਼ਰ ਨੇ ਥੋੜ੍ਹਾ ਕਵੀ ਰਸ ਵੀ ਜਿਹੜਾ ਪਾਉਂਦੇ ਨੇ। ਸੋ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸ਼ਰਨ ਮਿਲੀ, ਕਿਹਾ ਤੇਰੀਆਂ ਗੱਲਾਂ ਬੜੀਆਂ ਸਿਆਣੀਆਂ ਬੁੱਢਿਆਂ ਵਾਲੀਆਂ, ਅੱਜ ਤੋਂ ਤੇਰਾ ਨਾਂ ਬੁੱਢਾ ਹੋਇਆ। ਸਾਧ ਸੰਗਤ, ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਜਿਹੜੀ ਸੰਗਤ ਹੈ ਗੁਰੂ ਨਾਨਕ ਪਾਤਸ਼ਾਹ ਦੀ ਕੀਤੀ, ਛਾਂ ਗੁਰੂਆਂ ਨੂੰ ਗੁਰਗੱਦੀ ਦੇ ਜਿਹੜੇ ਉਹ ਤਿਲਕ ਵੀ ਦਿੱਤੇ, ਔਰ ਇੱਥੋਂ ਤੱਕ ਆਪ ਜੀ ਜਿਹੜਾ ਹੈ ਉਹ ਦੇਖਦੇ ਹੋ ਸਾਧ ਸੰਗਤ, ਜਿੱਥੇ ਛਾਂ ਗੁਰੂਆਂ ਨੂੰ ਗੁਰਗੱਦੀ ਦੇ ਜਿਹੜੇ ਨੇ ਉਹ ਤਿਲਕ ਵੀ ਦਿੱਤੇ ਨੇ ਸਾਧ ਸੰਗਤ, ਉੱਥੇ
ਨਾਲ ਦੀ ਨਾਲ ਹੀ ਜਿਹੜਾ ਹੈ ਉਹ ਜੀ ਦੀ ਬਹੁਤ ਜਿਹੜੀ ਹੈ ਉਹ ਦੇਣ ਹੈ ਸਿੱਖ ਧਰਮ ਨੂੰ, ਬੜੀ ਉਹਨਾਂ ਦੀ ਜਿਹੜੀ ਹੈ ਉਹ ਕਮਾਈ ਹੈ ਸਿੱਖ ਧਰਮ ਵਾਸਤੇ। ਸਤਿਕਾਰਯੋਗ ਬਾਬਾ ਜਿਨ੍ਹਾਂ ਨੇ ਬਹੁਤ ਸਮਾਂ ਜਿਹੜੀ ਉਹ ਸੇਵਾ ਕੀਤੀ, ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਅਤੇ ਪਹਿਲੇ ਗ੍ਰੰਥੀ ਦੀ ਜਿਹੜੀ ਸੇਵਾ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਨੂੰ 98 ਸਾਲ ਦੀ ਉਮਰ ਦੇ ਵਿੱਚ ਮਿਲੀ ਸੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਕਰਤਾਰਪੁਰ ਸਾਹਿਬ 1500 ਅਤੇ 18 ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਮਿਲਾਪ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੁੰਦਾ ਹੈ ਅਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਕਰਤਾਰਪੁਰ ਸਾਹਿਬ ਵੀ ਬਹੁਤ ਸਮਾਂ ਜਿਹੜਾ ਸੀ ਗੁਰੂ ਸਾਹਿਬ ਨੇ ਬਿਤਾਇਆ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਦਿੱਤੀ, ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਲਵਾਇਆ। ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕਹੇ ਸਨ, ਬੁੱਢਿਆ ਤੇਥੋਂ ਕਦੇ ਓਹਲੇ ਨਾ ਹੋਸਾਂ, ਬੁੱਢਿਆ ਤੇਥੋਂ ਕਦੇ ਪਰਾਂ ਨਾ ਹੋਵਾਂ। ਸੱਚ ਜਾਣਿਓ ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਵੀ ਕੀਰਤਪੁਰ ਸਾਹਿਬ ਤੋਂ ਆ ਗਏ ਸਨ ਅਤੇ ਆਣ ਕੇ ਮਾਤਾ ਸੁਧਾਈ ਦੇ ਘਰ ਅੰਦਰ ਵੜ ਕੇ ਜਦੋਂ ਜਿੰਦਰਾ ਲਾ ਲਿਆ, ਦਰਵਾਜ਼ਾ ਬੰਦ ਕਰ ਲਿਆ ਅਤੇ ਸਿੱਖ ਸੰਗਤਾਂ ਪੁੱਛਦੀਆਂ ਗੁਰੂ ਸਾਹਿਬ ਕਿੱਥੇ ਆ, ਉਦੋਂ ਵੀ ਬਾਬਾ ਬੁੱਢਾ ਸਾਹਿਬ ਨਾਲ ਲੈ ਕੇ ਆਏ ਸਨ ਅਤੇ ਬਾਹਰ ਬੈਠ ਕੇ ਕੀਰਤਨ ਕੀਤਾ ਅਤੇ ਗੁਰੂ ਸਾਹਿਬ ਨੇ ਦਰਵਾਜ਼ੇ ਖੁਲਾ ਦਿੱਤੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਜਦੋਂ ਗੁਰਗੱਦੀ ਮਿਲਦੀ ਹੈ ਅਤੇ ਉਦੋਂ ਵੀ ਗੁਰੂ ਅੰਗਦ ਦੇਵ ਦੇ ਪੁੱਤਰਾਂ ਨੇ, ਬਾਬਾ ਮੋਹਰੀ ਹੋਣਾ ਨੇ, ਬਾਬਾ ਮੋਹਣ ਹੋਣਾ ਨੇ, ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਪੁੱਤਰਾਂ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਉੱਥੇ ਸਨ ਅਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਜਦੋਂ ਲੱਤ ਮਾਰੀ ਸੀ ਅਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉੱਥੋਂ ਚੱਲ ਕੇ ਅਤੇ ਆਪਣੇ ਨਗਰ ਬਾਸਰ ਕੇ ਆਣ ਕੇ ਅਤੇ ਬਾਸਰ ਕੇ ਨਗਰ ਦੇ ਬਾਰ ਬਾਰ ਆਣ ਕੇ ਇੱਕ ਕਮਰੇ ਦੇ ਵਿੱਚ ਵੜ ਕੇ ਅਤੇ ਬਾਹਰ ਕੁੰਡਾ ਲਾ ਕੇ ਬਾਹਰ ਲਿਖ ਦਿੱਤਾ ਸੀ, ਸਾਡਾ ਕੋਈ ਦਰਵਾਜ਼ਾ ਨਾ ਖੋਲ੍ਹੇ, ਜਿਹੜਾ ਦਰਵਾਜ਼ਾ ਸਾਡਾ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ। ਉੱਥੇ ਅੱਜ ਗੁਰਦੁਆਰਾ ਸੰਨ ਸਾਹਿਬ ਬਣਿਆ ਹੋਇਆ ਹੈ। ਸੰਗਤਾਂ ਬਹਿਬਲ ਹੋਈਆਂ ਵੀ ਬਾਬਾ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਕਿੱਦਾਂ ਕੀਤੇ ਜਾਣ, ਅਤੇ ਸਾਧ ਸੰਗਤ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ ਗੁਰੂ ਸਾਹਿਬ ਦੀ ਘੋੜੀ ਨੂੰ ਜਿਹੜਾ ਉਹ ਛੱਡ ਦਿਓ ਅਤੇ ਮਗਰ ਮਗਰ ਸੰਗਤਾਂ ਤੁਰੀ ਜਾਣ। ਜਾਣੀ ਜਾਣ ਸਨ, ਬ੍ਰਹਮ ਗਿਆਨੀ ਸਨ ਪਰ ਜਣਾਉਂਦੇ ਨਹੀਂ ਸਨ। ਉਸ ਸਮੇਂ ਵੀ ਸੰਗਤਾਂ ਨੂੰ ਲੈ ਕੇ ਜਦੋਂ ਬਾਸਰ ਕੇ ਨਗਰ ਆਏ, ਬਾਹਰ ਲਿਖਿਆ ਪੜਿਆ ਅਤੇ ਸੰਗਤਾਂ ਨੇ ਪੁੱਛਿਆ ਬਾਬਾ ਜੀ ਬਾਹਰ ਤੇ ਲਿਖਿਆ ਉਹ ਸਿੱਖ ਨਹੀਂ ਜਿਹੜਾ ਸਾਡਾ ਦਰਵਾਜ਼ਾ ਖੋਲ੍ਹੇਗਾ, ਦਰਵਾਜ਼ਾ ਖੜਕਾਏਗਾ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਪਿੱਛੋਂ ਦੀ ਸੰਨ ਲਾ ਕੇ ਮਘੋਰਾ ਜਿਹਾ ਕਰਕੇ ਪਿੱਛੋਂ ਦੀ ਅਤੇ ਜਾ ਕੇ ਅੰਦਰ ਨਮਸਕਾਰ ਕੀਤੀ ਅਤੇ ਗੁਰੂ ਅਮਰਦਾਸ ਨੇ ਨੇਤਰ ਖੋਲ੍ਹੇ, ਕਹਿੰਦੇ ਬਾਬਾ ਜੀ ਅਸੀਂ ਤਾਂ ਬਾਹਰ ਲਿਖਿਆ ਸੀ। ਕਹਿੰਦੇ ਮਹਾਰਾਜ ਕੋਈ ਬਚਨ ਨਾ ਕਰਿਓ, ਅਸੀਂ ਦਰਵਾਜ਼ਾ ਨਹੀਂ ਜੇ ਖੋਲ੍ਹਿਆ, ਸਿੱਖ ਹੋ ਕੇ ਗੁਰੂ ਦਾ ਬਚਨ ਮੁੜ ਸਕਦਾ ਕਦੇ, ਹੋਵੇ ਸਿੱਖ ਅਤੇ ਗੁਰੂ ਦੇ ਬਚਨ ਦੇ ਵਿਰੁੱਧ ਜਾ ਸਕਦਾ ਕਿਤੇ, ਕੋਈ ਬਚਨ ਨਾ ਕਰਿਓ, ਪਿਛਾ ਭੌਂ ਕੇ ਵੇਖਿਓ। ਜਦੋਂ ਪਿਛਾ ਭੌਂ ਕੇ ਵੇਖਿਆ ਤੇ ਉਹ ਸੰਨ ਲਾਈ ਹੋਈ ਸੀ, ਗੁਰੂ ਅਮਰਦਾਸ ਕਹਿੰਦੇ ਬਾਬਾ ਬੁੱਢਾ ਸਾਹਿਬ ਤੇਰੇ ਇਸ ਸੰਨ ਦੇ ਜਿਹੜਾ ਦਰਸ਼ਨ ਕਰੇਗਾ, ਜਿਹੜੇ ਦੇ ਵਿੱਚ ਆਉਂਦੀ ਲੰਘ ਜਾਏਗਾ, 84 ਕੱਟੀ ਜਾਏਗੀ ਉਹਦੀ। ਮੈਂ ਅੱਗੇ ਵੀ ਇੱਕ ਪ੍ਰੋਗਰਾਮ 'ਚ ਬੇਨਤੀ ਕੀਤੀ ਸੀਗੀ ਵੀ ਜਦੋਂ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹੋ, ਦਰਸ਼ਨ ਕਰੋ ਛੇਹਰਟਾ ਸਾਹਿਬ ਦੇ, ਛੇਹਰਟਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਦੀ ਖੁਸ਼ੀ 'ਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ 6 ਮਾਲਾਂ ਵਾਲਾ ਖੂਹ ਲਵਾਇਆ ਸੀਗਾ, ਉਹਨੂੰ ਛੇਹਰਟਾਂ ਵਾਲਾ ਖੂਹ ਅਤੇ ਛੇਹਰਟਾ ਸਾਹਿਬ ਕਹਿੰਦੇ ਆ। ਨਾਲ ਹੀ ਗੁਰਦੁਆਰਾ ਸਾਹਿਬ ਗੁਰੂ ਕੀ ਵਡਾਲੀ ਆ, ਉੱਥੋਂ ਤੁਸੀਂ ਫਿਰ ਜੇ ਕਿਤੇ ਬੀੜ ਬਾਬਾ ਬੁੱਢਾ ਸਾਹਿਬ ਦੀ ਦਰਸ਼ਨ ਕਰਨ ਜਾਣਾ ਹੋਵੇ ਨਾ, ਜਿਵੇਂ ਮੈਂ ਜ਼ਿਕਰ ਕਰਾਂਗਾ ਅੱਗੇ ਆਣ ਕੇ, ਅਤੇ ਉੱਥੇ ਬਾਸਰ ਕੇ ਨਗਰ ਆਉਂਦਾ ਜਿੱਥੇ ਸੰਨ ਸਾਹਿਬ ਗੁਰਦੁਆਰਾ ਹੈ, ਅਗਲੇ ਬੰਨੇ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਗੁਰਦੁਆਰਾ ਬਾਸਰ ਕੇ ਨਗਰ, ਫਿਰ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਹੈ ਉਹ ਜਨਮ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਆ ਜਾਂਦਾ। ਗਾਂਹ ਚਲੇ ਜਾਓ ਭਾਈ ਤਾਰੂ ਸਿੰਘ ਦਾ ਭਿੱਖੀਵਿੰਡ ਕਸਬਾ ਆਉਂਦਾ, ਉੱਥੇ ਪੂਲਾ ਨਗਰ ਹੈ, ਭਾਈ ਤਾਰੂ ਸਿੰਘ ਜੀ ਦਾ ਨਗਰ ਹੈ, ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ, ਜਿਹੜਾ ਹੈ ਉਹ ਸਾਧ ਸੰਗਤ ਜੀ ਉਹ ਪਹੂਵਿੰਡ, ਇਹ ਤੁਸੀਂ ਯਾਤਰਾ ਦਰਸ਼ਨ ਕਰ ਸਕਦੇ ਹੋ। ਸੋ ਸਮਾਂ ਚੱਲਿਆ, ਗੁਰੂ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਕੀਤੀ, ਗੁਰੂ ਪਾਤਸ਼ਾਹ ਦੇ ਨਾਲ ਰਹੇ, ਗੁਰਗੱਦੀ ਦੇ ਤਿਲਕ ਵੀ ਜਿਹੜੇ ਦਿੰਦੇ ਰਹੇ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਉਦੋਂ ਵੀ ਬਾਬਾ ਬੁੱਢਾ ਜੀ ਦੀਆਂ ਅਹਿਮ ਜ਼ਿੰਮੇਵਾਰੀਆਂ ਲਾਈਆਂ, ਅੰਮ੍ਰਿਤ ਸਰੋਵਰ ਦੀ ਜਿਹੜੀ ਸੇਵਾ ਚੱਲ ਰਹੀ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪੀ ਤੇ ਜਦੋਂ ਸਵੇਰੇ ਮਹਾਰਾਜ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਸੀਗਾ ਤੇ ਉਹ ਵੀ ਸਾਧ ਸੰਗਤ ਜੀਓ ਬਾਬਾ ਬੁੱਢਾ ਸਾਹਿਬ ਜੀ ਨੂੰ 98 ਸਾਲ ਦੀ ਉਮਰ ਦੇ ਵਿੱਚ ਗ੍ਰੰਥੀ ਲਾ ਕੇ ਉਹਨਾਂ ਕੋਲੋਂ ਕਰਵਾਇਆ, ਜਦੋਂ ਪੀੜਾ ਸਾਹਿਬ ਤੇ ਪ੍ਰਕਾਸ਼ ਕੀਤਾ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ,
ਬੁੱਢਾ ਸਾਹਿਬ ਗ੍ਰੰਥ ਇਉਂ ਖੋਲ੍ਹਾ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਹੁਕਮਨਾਮਾ ਆਇਆ ਸੀ, ਲੈ ਮੁੱਖ ਵਾਕ ਬਚਨ ਇਉਂ ਬੋਲਾ ਹੁਕਮਨਾਮਾ ਆਇਆ ਸੀ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਵਾ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੱਜ ਦੇ ਕਈ ਪ੍ਰਚਾਰਕ ਜਿਹੜੇ ਆ ਨਾ, ਉਹ ਅੰਮ੍ਰਿਤ ਸਰੋਵਰ ਅਤੇ ਜਲ ਦੇ ਉੱਤੇ ਬੜਾ ਕਿੰਤੂ ਪਰੰਤੂ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ 'ਚੋਂ ਪਹਿਲਾ ਹੁਕਮਨਾਮਾ ਇਹ ਜਿਹੜਾ ਸੀ ਉਦੋਂ ਆਇਆ ਸੀ, ਸੰਗਤਾਂ ਨੇ ਜਿਹੜਾ ਸਰਵਣ ਕੀਤਾ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਘਰ ਜਦੋਂ ਕੋਈ ਔਲਾਦ ਨਹੀਂ ਹੋਈ, ਸਤਿਗੁਰੂ ਮੇਰੇ ਦਾਤੇ ਨੇ ਪਰ ਆਪਣੇ ਸਿੱਖਾਂ ਨੂੰ, ਆਪਣੇ ਸੇਵਕਾਂ ਨੂੰ ਜਿਹੜੀ ਆ ਉਹ ਬੜੀ ਵਡਿਆਈ ਦਿੰਦੇ ਨੇ। ਸੋ ਮਾਤਾ ਗੰਗਾ ਜੀ ਨੂੰ ਭੇਜਿਆ ਬਾਬਾ ਬੁੱਢਾ ਸਾਹਿਬ ਜੀ, ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਜਿੱਥੇ ਖੇਤੀ ਕਰਦੇ ਸਨ, ਅੱਜ ਵੀ ਉੱਥੇ ਜਿਹੜਾ ਅਸਥਾਨ ਹੈ। ਭਾਵੇਂ ਕਿ ਅੱਜ ਦੇ ਪ੍ਰਚਾਰਕਾਂ ਦਾ ਬੜਾ ਜ਼ੋਰ ਲੱਗਾ ਹੋਇਆ ਵੀ ਬਾਬਾ ਬੁੱਢਾ ਸਾਹਿਬ ਕੋਲੋਂ ਗੁਰੂ ਅਰਜਨ ਦੇਵ ਨੇ ਅਰਦਾਸ ਕਰਾਉਣ ਭੇਜਿਆ, ਅਰਦਾਸ ਕੀਤੀ ਨਹੀਂ, ਇਹ ਇਤਿਹਾਸ ਹੀ ਨਹੀਂ। ਪਰ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ 5-6 ਅਕਤੂਬਰ ਨੂੰ ਉੱਥੇ ਜੋੜ ਮੇਲਾ ਲੱਗਦਾ, 3 ਤੋਂ 5 ਲੱਖ ਦੇ ਕਰੀਬ ਸੰਗਤਾਂ ਉੱਥੇ ਹਾਜ਼ਰੀ ਭਰਦੀਆਂ ਨੇ 2 ਦਿਨਾਂ ਦੇ ਵਿੱਚ। ਔਰ ਅੱਜ ਵੀ ਸੰਗਤਾਂ ਘਰੋਂ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਅਤੇ ਉਹਨਾਂ ਨੂੰ ਅੱਜ ਵੀ ਉੱਥੇ ਮਿੱਸੇ ਪ੍ਰਸ਼ਾਦੇ ਗੰਢੇ ਲੈ ਕੇ ਜਾਂਦੇ, ਪ੍ਰਸ਼ਾਦ ਮਿਲ ਕੇ ਅਰਦਾਸ ਕਰਾਉਂਦੇ ਅਤੇ ਅੱਜ ਵੀ ਉਹਨਾਂ ਦੀਆਂ ਝੋਲੀਆਂ ਭਰਦੀਆਂ ਜੇ ਕਿਤੇ ਜਾ ਕੇ ਦਰਸ਼ਨ ਕੀਤੇ ਜਾਣ। ਸਤਿ ਸੰਗਤ ਮਾਤਾ ਗੰਗਾ ਜੀ ਨੂੰ ਭੇਜਿਆ, ਜਦੋਂ ਗਏ ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮਾਂ ਅੱਜ ਮੈਨੂੰ ਬੜੀ ਭੁੱਖ ਲੱਗੀ ਸੀ। ਵੇਖੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਜਿਹੜਾ ਆਗਮਨ ਆ ਉਹ ਤਕਰੀਬਨ 1563 ਦਾ ਵਾ, ਬਾਬਾ ਬੁੱਢਾ ਜੀ ਦਾ 1506 ਦਾ ਵਾ। ਮਾਤਾ ਜੀ ਦੇ ਨਾਲ ਜੇ ਆਪਾਂ ਕਰੀਏ ਤਾਂ ਉਮਰ ਦਾ ਅੱਧੋ ਅੱਧੀ ਦਾ ਤਕਾਜ਼ਾ ਹੈ, ਪਰ ਫਿਰ ਵੀ ਸਿੱਖ ਦਾ ਜੀਵਨ। ਕਹਿੰਦੇ, ਮਾਂ ਅੱਜ ਮੈਨੂੰ ਬੜੀ ਭੁੱਖ ਲੱਗੀ ਸੀ, ਚੰਗਾ ਹੋਇਆ ਤੁਸੀਂ ਪ੍ਰਸ਼ਾਦਾ ਲੈ ਕੇ ਆਏ ਹੋ। ਮਾਂ ਹੀ ਬੱਚੇ ਦੀ ਭੁੱਖ ਦਾ, ਮਾਂ ਹੀ ਆਪਣੇ ਪੁੱਤ ਦੀ ਭੁੱਖ ਦਾ ਖਿਆਲ ਰੱਖ ਸਕਦੀ, ਹੋਰ ਕੋਈ ਨਹੀਂ ਰੱਖ ਸਕਦਾ। ਅਤੇ ਸਾਧ ਸੰਗਤ ਉਦੋਂ ਫਿਰ ਜਦੋਂ ਬਾਬਾ ਜੀ ਨੇ ਪ੍ਰਸ਼ਾਦਾ ਛਕਣ ਲੱਗੇ, ਬੁਰਕੀ ਤੋੜ ਕੇ ਮੂੰਹ ਦੇ ਵਿੱਚ ਪਾਈ ਅਤੇ ਮਾਤਾ ਜੀ ਨੇ ਆਖਿਆ, ਪਹੁੰਚ ਵਾਲਿਓ, ਸਾਈਂ ਵਾਲਿਓ, ਪੁੱਤਰ ਦੀ ਦਾਤ ਵਾਸਤੇ ਬੇਨਤੀ ਕਰਨ ਆਏ ਹਾਂ। ਬਾਬਾ ਬੁੱਢਾ ਸਾਹਿਬ ਕਹਿੰਦੇ, ਮਾਂ ਦਾਤਾ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਬੈਠਾ ਹੋਇਆ, ਦਾਤਾ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉੱਥੇ ਬੈਠੇ ਹੋਏ ਨੇ। ਅਤੇ ਮਾਤਾ ਜੀ ਕਹਿੰਦੇ, ਸਾਨੂੰ ਉਹਨਾਂ ਹੀ ਭੇਜਿਆ। ਅਤੇ ਉਸ ਸਮੇਂ ਫਿਰ ਜਦੋਂ ਨਾਲ ਗੰਢਾ ਖਾਣ ਲੱਗੇ, ਗੰਢੇ 'ਤੇ ਮੁੱਕੀ ਮਾਰੀ ਅਤੇ ਉਹਦੇ ਵਿੱਚੋਂ ਇੱਕ ਛੋਟੀ ਜੀ ਨਿਕਲ ਕੇ ਓਡੀ ਦੂਰ ਜਾ ਕੇ ਡਿੱਗੀ ਅਤੇ ਬਚਨ ਕੀਤਾ, ਤੁਮਰੇ ਗ੍ਰਹਿ ਪ੍ਰਗਟੇ ਵੋ ਜੋਧਾ, ਤਿਨਕਾ ਬਲ ਕਿਨੇ ਨਾ ਸੋਧਾ। ਮਾਂ ਤੇਰੇ ਘਰ ਇਹੋ ਜਿਹਾ ਇੱਕ ਪੁੱਤਰ ਹੋਏਗਾ ਜਿਹਦਾ ਕੋਈ ਬਲ, ਜਿਹਦਾ ਕੋਈ ਸਾਨੀ ਨਹੀਂ ਹੋਵੇਗਾ। ਇਹ ਖਿਆਲ ਰੱਖਿਓ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਆਗਮਨ ਸਾਲ ਬਾਅਦ ਹੁੰਦਾ ਅਤੇ ਉਸ ਸਮੇਂ ਉਹਨਾਂ ਦਾ ਨਾਮ ਹੀ ਜਿਹੜਾ ਹਰਗੋਬਿੰਦ ਹੈ ਉਹ ਵੀ ਬਾਬਾ ਬੁੱਢਾ ਜੀ ਨੇ ਰੱਖਿਆ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਵਿੱਦਿਆ ਪੜ੍ਹਾਉਣ ਦੀ ਜਿਹੜੀ ਡਿਊਟੀ ਹੈ ਉਹ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੀ ਲਾਈ ਵੀ ਬਾਬਾ ਜੀ ਤੁਸੀਂ ਵਿੱਦਿਆ ਦਿਓ। ਇੱਥੋਂ ਤੱਕ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦੀ ਪਾਉਣ ਵਾਸਤੇ ਜਦੋਂ ਉਹਨਾਂ ਜਾਣਾ ਹੈ ਅਤੇ ਉਸ ਸਮੇਂ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਦੇ ਕੇ ਨਾਲ ਇਹ ਗੱਲ ਕਹੀ ਵੀ ਇਹ ਬਾਬਾ ਬੁੱਢਾ ਸਾਹਿਬ ਜਿਹੜਾ ਹੈ ਇਹ ਸਾਡਾ ਪੁਰਾਤਨ ਸਿੱਖ ਹੈ, ਇਸ ਘਰ ਦੇ ਵਿੱਚ, ਗੁਰੂ ਨਾਨਕ ਦੇ ਘਰ ਦੇ ਵਿੱਚ ਇਸ ਦਾ ਬਹੁਤ ਮਾਣ ਸਨਮਾਨ ਹੈ, ਇਹਨਾਂ ਦੇ ਨਾਲ ਹਰ ਗੱਲ ਦੀ ਸਲਾਹ ਕਰਨੀ ਔਰ ਇਹਨਾਂ ਦੀ ਕਈ ਗੱਲ, ਇਹਨਾਂ ਦੇ ਕਈ ਬਚਨ ਵੱਲ ਤਵੱਜੋ ਜਿਹੜੀ ਦੇਣੀ। ਸੋ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਮੀਰੀ ਪੀਰੀ ਦੀਆਂ ਤਲਵਾਰਾਂ ਵੀ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਉਹ ਪਹਿਨਾਉਂਦੇ ਨੇ। ਸਾਧ ਸੰਗਤ, ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕੱਥੂ ਨੰਗਲ ਸਾਹਿਬ ਦਾ ਹੈ, ਬੀੜ ਬਾਬਾ ਬੁੱਢਾ ਸਾਹਿਬ ਉਹਨਾਂ ਖੇਤੀ ਕੀਤੀ, ਪਰ ਆਖਰੀ ਸਮਾਂ ਜਿਹੜਾ ਉਹਨਾਂ ਨੇ ਹੈ ਉਹ ਰਮਦਾਸ ਨਗਰ ਦੇ ਵਿੱਚ ਹੈ, ਜਿਹਨੂੰ ਝੰਡੇ ਕੇ ਨਗਰ ਕਹਿੰਦੇ ਸਨ। ਅਤੇ ਗੁਰੂ ਰਾਮਦਾਸ ਨੇ ਵਸਾਇਆ ਅਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ, ਬਾਬਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਝੰਡੇ ਤਾਂ ਹੀ ਰਹਿ ਸਕਦੇ ਆ ਜੇ ਗੁਰੂ ਰਾਮਦਾਸ ਦੀ ਕਿਰਪਾ ਹੋਵੇ, ਅਤੇ ਝੰਡੇ ਕੇ ਰਾਮਦਾਸ ਉਹਦਾ ਨਾਂ ਸੀ ਜਿਸ ਨੂੰ ਅੱਜ ਰਮਦਾਸ ਕਿਹਾ ਜਾਂਦਾ ਹੈ। ਅੱਜ ਉੱਥੇ ਬਹੁਤ ਵੱਡਾ ਜੋੜ ਮੇਲਾ ਜਿਹੜਾ ਲੱਗਦਾ, ਹੋ ਸਕਦਾ ਅੱਜ ਆ ਜਿਹੜੇ ਸਮੇਂ ਚੱਲ ਰਹੇ ਕਰੋਨਾ ਦੀ ਮਹਾਂਮਾਰੀ ਚੱਲ ਰਹੀ, ਇਹਦਾ ਕਰਕੇ ਪ੍ਰਸ਼ਾਸਨ ਦੀਆਂ ਕੁਛ ਪਾਬੰਦੀਆਂ ਹੋਣ ਨੇ, ਅਤੇ ਬਹੁਤ ਗਿਣਤੀ ਦੇ ਵਿੱਚ, ਸੈਂਕੜੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਦੇ ਦਿਨ ਉੱਥੇ ਰਮਦਾਸ ਨਗਰ ਵਿਖੇ ਜੋੜ ਮੇਲੇ 'ਚ ਸੰਗਤਾਂ ਹਾਜ਼ਰੀ ਭਰਦੀਆਂ ਨੇ। ਜਿਹੜੀ ਵਿਚਾਰ ਆਪ ਜੀ ਦੇ ਨਾਲ ਕਰ ਰਹੇ, ਅੱਜ ਬਰਸੀ ਸਮਾਗਮ ਹੈ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦਾ। ਆਖਰੀ ਸਮਾਂ ਬਾਬਾ ਬੁੱਢਾ ਸਾਹਿਬ ਜੀ ਨੇ ਰਮਦਾਸ ਨਗਰ ਦੇ ਵਿੱਚ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਉਹ ਬਿਤਾਇਆ ਹੈ।
ਨੇੜੇ ਅਜਨਾਲਾ ਕਹਿ ਲਓ ਜਾਂ ਫਤਿਹਗੜ੍ਹ ਚੂੜੀਆਂ ਕਹਿ ਲਓ ਜਾਂ ਡੇਰਾ ਬਾਬਾ ਨਾਨਕ ਕਹਿ ਲਓ, ਇਹਦੇ ਮਿਡਲ ਦੇ ਵਿੱਚ ਜਿਹੜਾ ਇਹ ਪੈ ਜਾਂਦਾ ਹੈ ਕਸਬਾ। ਬਾਬਾ ਬੁੱਢਾ ਸਾਹਿਬ ਜੀ ਰਮਦਾਸ ਆਪਣਾ ਆਖਰੀ ਸਮਾਂ ਬਿਤਾਇਆ ਅਤੇ ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਉੱਥੋਂ ਆਉਂਦੇ ਰਹੇ, ਜਦੋਂ ਜ਼ਿਆਦਾ ਬਿਰਧ ਹੋ ਗਏ ਨਾ, ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਕਿਹਾ ਪਾਲਕੀ 'ਚ ਬਿਠਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਲਿਆਂਦਾ ਜਾਵੇ। ਇੱਕ ਵਾਰੀ ਪਾਲਕੀ ਦੇ ਵਿੱਚ ਬਿਠਾ ਕੇ ਲੈ ਕੇ ਆ ਰਹੇ ਨੇ ਅਤੇ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆ ਗਏ ਅਤੇ ਥੋੜ੍ਹਾ ਜਿਹਾ ਲੁਕ ਗਏ ਇੱਕ ਬੰਨੇ, ਅਤੇ ਜਦੋਂ ਪਾਲਕੀ ਅੱਗੇ ਗਈ ਅਤੇ ਪਾਲਕੀ ਨੂੰ ਮੋਢਾ ਦੇ ਦਿੱਤਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਪਾਲਕੀ ਨੂੰ। ਜਵਾਨ ਪਰੇ ਸਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਇੱਕ ਪਾਸਾ ਜਦੋਂ ਉੱਚਾ ਹੋ ਗਿਆ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਾਣੀ ਜਾਣ ਸਨ, ਪਤਾ ਲੱਗ ਗਿਆ ਪਾਲਕੀ ਥੱਲੇ ਰਖਾਤੀ, ਕਹਿੰਦੇ ਥੱਲੇ ਰੱਖ ਦਿਓ। ਬਾਹਰ ਨਿਕਲੇ ਪਾਲਕੀ 'ਚੋਂ ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਕੇ ਕਹਿੰਦੇ ਸੱਚਿਆ ਸਤਿਗੁਰਾ, ਇਹ ਕੀ ਕਰ ਰਿਹਾ, ਸਿੱਖ ਨੂੰ ਮੋਢਾ ਦੇ ਰਿਹਾ? ਕਹਿੰਦੇ ਬਾਬਾ ਬੁੱਢਾ ਸਾਹਿਬ, ਤੁਸੀਂ ਜੀਵਨ ਬੜਾ ਕਮਾਇਆ ਹੈ ਅਤੇ ਤੁਸੀਂ ਚਰਨਾਂ 'ਤੇ ਹੱਥ ਨਾ ਲਾਇਆ ਕਰੋ, ਤੁਸੀਂ ਥਾਪੜਾ ਦਿਆ ਕਰੋ ਇਹਨਾਂ ਹੱਥਾਂ ਦੇ ਨਾਲ, ਕਿਉਂਕਿ ਹੱਥ ਬੜੇ ਮੁਬਾਰਕ ਨੇ। ਇਹਨਾਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਕ ਮੁੱਠੀ ਚਾਪੀ ਕੀਤੀ ਆ, ਇਹਨਾਂ ਨੇ ਗੁਰੂ ਨਾਨਕ ਨੂੰ ਸਪਰਸ਼ ਕੀਤਾ ਹੈ, ਇਹਨਾਂ ਇਸ ਸਰੀਰ ਨੇ ਗੁਰੂ ਨਾਨਕ ਦੀ ਬਾਣੀ ਨੂੰ ਸੁਣ ਕੇ ਆਪਣੇ 'ਤੇ ਹੰਢਾਇਆ ਹੈ, ਇਸ ਕਰਕੇ ਤੁਸੀਂ ਨਮਸਕਾਰ ਨਾ ਕਰਿਆ ਕਰੋ, ਤੁਸੀਂ ਥਾਪੜਾ ਦਿਆ ਕਰੋ। ਅਤੇ ਉਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਗੁਰੂ ਸੱਚੇ ਪਾਤਸ਼ਾਹ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਅੱਜ ਮੈਨੂੰ ਮੋਢੇ ਨਾ ਦੇ, ਪਰ ਜਦੋਂ ਮੇਰਾ ਆਖਰੀ ਸਮਾਂ ਹੋਵੇ ਨਾ, ਉਦੋਂ ਮੈਨੂੰ ਦਰਸ਼ਨ ਦੇ ਦੀ ਅਤੇ ਨਾਲੇ ਪਹਿਲਾ ਮੋਢਾ ਜਿਹੜਾ ਉਹ ਤੇਰਾ ਹੋਵੇ। ਚਲੋ ਦਰਸ਼ਨ ਕੀਤੇ, ਅੰਮ੍ਰਿਤਸਰ ਸਾਹਿਬ ਵਿਖੇ ਆਏ, ਬਾਬਾ ਬੁੱਢਾ ਸਾਹਿਬ ਜੀ ਚਲੇ ਗਏ ਫਿਰ ਰਮਦਾਸ ਅਤੇ ਸਾਧ ਸੰਗਤ। 1506 ਦਾ ਜਨਮ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਅਤੇ ਉਹਨਾਂ ਨੇ ਚਲਾਣਾ ਕੀਤਾ 1631 ਨੂੰ। 125 ਸਾਲ 1 ਮਹੀਨਾ ਅਤੇ 4 ਦਿਨ ਦੀ ਜਿਹੜੀ ਆਰਜੂ ਹੈ ਉਹਨਾਂ ਨੇ ਸਰੀਰਕ ਜਾਮੇ ਦੇ ਵਿੱਚ ਭੋਗੀ ਹੈ ਔਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਗੁਰੂ ਸਾਹਿਬਾਨਾਂ ਦੇ ਵਿੱਚ ਜਿਹੜੀ ਚਰਨਾਂ ਦੇ ਵਿੱਚ ਸੇਵਾ ਕੀਤੀ ਹੈ। ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਆਖਰੀ ਸਮਾਂ ਆ ਗਿਆ ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਇੱਕ ਦਿਨ ਪਹਿਲਾਂ ਹੀ ਰਮਦਾਸ ਦੀ ਧਰਤੀ ਦੇ ਉੱਤੇ ਪਹੁੰਚ ਗਏ ਸਨ, ਜਾ ਕੇ ਬਾਬਾ ਬੁੱਢਾ ਜੀ ਦੇ ਦਰਸ਼ਨ ਕੀਤੇ, ਉਹਨਾਂ ਨਾਲ ਬਚਨ ਬਲਾਸ ਕੀਤੇ ਅਤੇ ਸਾਧ ਸੰਗਤ ਬੜੀਆਂ ਵਿਚਾਰਾਂ ਕੀਤੀਆਂ। 3 ਪਹਿਰ ਰਾਤ ਉਸ ਦਿਨ ਰਹਿੰਦਿਆਂ ਅੰਮ੍ਰਿਤ ਵੇਲੇ ਬਾਬਾ ਬੁੱਢਾ ਜੀ ਦਾ ਇਸ਼ਨਾਨ ਜਿਹੜਾ ਉਹ ਕਰਾਇਆ ਗਿਆ। ਪਤਾ ਸੀਗਾ ਅੱਜ ਸਿੱਖ ਨੇ ਜਿਹੜਾ ਸਰੀਰਕ ਚੋਲਾ ਜਿਹੜਾ ਉਹ ਛੱਡ ਜਾਣਾ। ਸੰਗਤਾਂ ਵੀ ਜਾਗਦੀਆਂ ਵੇਖਦੀਆਂ ਸਨ ਵੀ ਦੁਨੀਆਂ ਨੂੰ ਮੌਤ ਆਉਂਦੀ ਹੈ, ਅੱਜ ਕਮਾਈ ਵਾਲੇ ਦੀ ਕੈਸੀ ਮੌਤ ਹੈ, ਕਮਾਈ ਵਾਲੇ ਨੂੰ ਕਿੱਦਾਂ ਸੱਦਾ ਜਿਹੜਾ ਉਹ ਆਉਂਦਾ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਾਰੀ ਰਾਤ ਜਾਗਦੇ ਰਹੇ, ਬਾਬਾ ਬੁੱਢਾ ਜੀ ਨਾਲ ਬਚਨ ਬਲਾਸ ਕੀਤੇ, ਅੰਮ੍ਰਿਤ ਵੇਲੇ ਇਸ਼ਨਾਨ ਕਰਾਇਆ ਗਿਆ ਬਾਬਾ ਬੁੱਢਾ ਸਾਹਿਬ ਜੀ ਦਾ। ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਜਿਹੜਾ ਸੀ ਉਹ ਕੀਤਾ ਉਸੇ ਲੈਅ ਦੇ ਵਿੱਚ, ਉਸੇ ਸੁਰਤ ਦੇ ਵਿੱਚ ਜਿੱਦਾਂ ਕਿਤੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕੋਲ ਸਰਵਣ ਕੀਤਾ ਸੀਗਾ। ਅਤੇ ਸਾਧ ਸੰਗਤ ਫਿਰ ਉਸ ਸਮੇਂ ਅੰਮ੍ਰਿਤ ਵੇਲੇ ਜਿਹੜਾ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਉਹਨਾਂ ਨੂੰ ਪਿੱਛੇ ਸਿਰਹਾਣਾ ਦੇ ਕੇ ਢਾਸਣਾ ਲਾ ਦਿੱਤਾ ਗਿਆ। ਉਹਨਾਂ ਦਾ ਹੱਥ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਪਣੇ ਹੱਥ ਦੇ ਵਿੱਚ ਫੜ ਲਿਆ, ਬਾਬਾ ਬੁੱਢਾ ਜੀ ਨੇ ਨੇਤਰ ਮੁੰਦੇ ਅਤੇ ਬਸ ਇੰਨੇ ਸਮੇਂ ਦੇ ਵਿੱਚ ਸੀ ਉਹਨਾਂ ਨੇ ਆਪਣਾ ਜਿਹੜਾ ਉਹ ਸਰੀਰ ਤਿਆਗ ਦਿੱਤਾ। ਜਦੋਂ ਸਰੀਰ ਤਿਆਗ ਦਿੱਤਾ ਸੋ ਦਿਨ ਚੜ੍ਹਿਆ, ਉਦੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜੀਆਂ ਸੰਗਤਾਂ ਗਈਆਂ ਹੋਣਗੀਆਂ ਰਮਦਾਸ ਉਹਨਾਂ ਦੇਖਿਆ ਹੋਏਗਾ, ਜਿਹੜਾ ਜਿਹੜਾ ਘਰ ਸੀਗਾ ਉਹ ਪਿੰਡ ਦੇ ਵਿੱਚ ਸੀਗਾ ਅਤੇ ਜਿਹੜੀਆਂ ਸਮਾਧਾਂ ਉਹਨੂੰ ਗੁਰਦੁਆਰਾ ਹੀ ਸਮਾਧਾਂ ਕਹਿੰਦੇ ਨੇ, ਸਮਾਧਾਂ ਵਾਲਾ ਗੁਰਦੁਆਰਾ ਕਹਿ ਦਿੰਦੇ। ਉੱਥੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ, ਇੱਕ ਜਿਹੜਾ ਵੱਡਾ ਤਲਾਬ ਹੈ ਉਸ ਦੇ ਲਾਗੇ ਇੱਕ ਗੁਰਦੁਆਰਾ ਸਾਹਿਬ, ਪਹਿਲਾਂ ਛੋਟਾ ਕਮਰਾ ਹੁੰਦਾ ਸੀ, ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸੁੰਦਰ ਉੱਥੇ ਇੱਕ ਗੁਰਦੁਆਰਾ ਸਾਹਿਬ ਤਲਾਬ ਦੇ ਕੰਢੇ ਬਣਾਇਆ ਹੋਇਆ ਅਤੇ ਇੱਕ ਗੁਰਦੁਆਰਾ ਜਿਹੜਾ ਹੈ ਮੇਨ ਉਹ ਸਮਾਧਾਂ ਵਾਲਾ ਗੁਰਦੁਆਰਾ ਜਿਹੜਾ ਹੈ ਉਹ ਤਕਰੀਬਨ ਪਿੰਡ ਤੋਂ ਜਾਂ ਬਾਬਾ ਜੀ ਦੇ ਘਰ ਤੋਂ ਜੇ ਕਹਿ ਲਈਏ ਅਤੇ ਲਗਭਗ 1 ਕਿਲੋਮੀਟਰ, 1 ਕਿਲੋਮੀਟਰ ਜਾਂ ਇਸ ਤੋਂ ਥੋੜ੍ਹਾ ਵੱਧ ਘੱਟ ਇੰਨੀ ਦੂਰੀ ਦੇ ਉੱਤੇ ਹੈ। ਅਤੇ ਸੱਚ ਜਾਣਿਓ ਬਾਬਾ ਬੁੱਢਾ ਜੀ ਦਾ ਜਿਹੜਾ ਇਸ਼ਨਾਨ ਸੀਗਾ ਉਹ ਆਖਰੀ ਇਸ਼ਨਾਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਕਰਾਇਆ। ਬਬਾਣ ਜਿਹੜਾ ਉਹ ਤਿਆਰ ਕੀਤਾ, ਬਾਬਾ ਬਿਧੀ ਚੰਦ ਹੁਣਾਂ ਨੇ, ਬਾਬਾ ਜੀ ਦੇ ਸਪੁੱਤਰਾਂ ਨੇ ਜਿਹੜਾ ਸੀ ਉਹ ਮੋਢਾ ਦਿੱਤਾ ਔਰ ਇੱਕ ਮੋਢਾ, ਪਹਿਲਾ ਮੋਢਾ ਜਿਹੜਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦਿੱਤਾ ਔਰ ਉੱਥੋਂ ਤੱਕ ਮੋਢਾ ਬਦਲਿਆ ਨਹੀਂ। ਜਾ ਕੇ ਚਿਖਾ ਤਿਆਰ ਕੀਤੀ, ਚਿਖਾ ਤਿਆਰ ਕਰਕੇ ਜਦੋਂ ਬਾਬਾ ਜੀ ਦਾ ਬਬਾਣ ਚਿਖਾ ਦੇ ਉੱਪਰ ਰੱਖਿਆ ਗਿਆ ਅਤੇ ਇੱਕ ਵਿਦਵਾਨ ਕਹਿੰਦਾ ਜਦੋਂ
ਸਾਹਿਬ ਬੁੱਢੇ ਦੀ ਚਿਖਾ ਦੇ ਉੱਪਰ ਸਾਹਿਬ ਬੁੱਢੇ ਦੀ ਰੱਖੀ ਦੇਹ, ਗੁਰੂ ਹਰਗੋਬਿੰਦ ਸਾਹਿਬ ਦੇ ਨੀਰ ਤੋਂ ਨੈਣ ਤੋਂ ਚੱਲਿਓ ਨੀਰ ਅਸਨੇਹ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਨੈਣਾਂ ਤੋਂ ਜਿਹੜਾ ਸੀ ਉਹ ਜਲ ਆ ਗਿਆ, ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਵਿਰਾਗ ਆ ਗਿਆ? ਕਹਿੰਦੇ ਨਹੀਂ ਵਿਰਾਗ ਨਹੀਂ, ਅੱਜ ਮੈਂ ਇਹ ਸੋਚ ਰਿਹਾ ਬੜੀ ਕਮਾਈ ਹੈ ਬਾਬਾ ਬੁੱਢਾ ਸਾਹਿਬ ਜੀ ਦੀ, ਬੜਾ ਉੱਚਾ ਸੁੱਚਾ ਜੀਵਨ ਹੈ ਇਸ ਸਿੱਖ ਦਾ, ਬੜਾ ਜੀਵਨ ਕਮਾਇਆ ਬਾਬਾ ਬੁੱਢਾ ਸਾਹਿਬ ਜੀ ਨੇ, ਇਸ ਕਰਕੇ ਇਹੋ ਜਿਹੇ ਸਿੱਖ ਜਿਹੜੇ ਨੇ ਜਿਨ੍ਹਾਂ ਨੇ ਜਿਹੜੇ ਨੇ ਉਹ ਗੁਰੂ ਸਾਹਿਬਾਂ ਦੀਆਂ ਸੇਵਾ ਕੀਤੀਆਂ, ਦਰਸ਼ਨ ਕੀਤੇ, ਬਹੁਤ ਜੀਵਨ ਕਮਾਇਆ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਮੈਂ ਸੋਚ ਰਿਹਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੇਰੇ ਐਸੇ ਐਸੇ ਜਿਹੜੇ ਉਹ ਸਿੱਖ ਨੇ। ਸੋ ਬਾਬਾ ਬੁੱਢਾ ਜੀ ਦਾ ਜਿਹੜਾ ਅੰਤਿਮ ਸੰਸਕਾਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਪਣੇ ਜਿਹੜਾ ਉਹ ਹੱਥੀਂ ਕੀਤਾ, ਔਰ ਜਿਹੜਾ ਸੀ ਦਸਵੇਂ ਤੱਕ ਜਿਹਨੂੰ ਆਪਾਂ ਦੁਸਹਿਰਾ ਕਹਿ ਦਿੰਦੇ ਜਾਂ ਦਸਵਾਂ ਕਹਿ ਦਿੰਦੇ, ਜਦੋਂ ਭੋਗ ਪੈਂਦੇ ਨੇ ਅਖੰਡ ਪਾਠ ਸਾਹਿਬ ਦੇ, ਅੱਜ ਵੀ ਜਿਹੜੀ ਮਰਿਆਦਾ ਸਾਡੇ ਚੱਲੀ ਆ ਰਹੀ, ਉਦੋਂ ਤੱਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉੱਥੇ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਰਹੇ, ਤੇ ਜਿਹੜਾ ਸਹਿਜ ਪਾਠ ਦਾ ਜਿਹੜਾ ਪਾਠ ਸੀਗਾ, ਜਿਹੜਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮਹਾਰਾਜ ਦਾ ਸਰੂਪ ਤਿਆਰ ਕੀਤਾ ਸੀ, ਤੇ ਸਹਿਜ ਪਾਠ ਸਤਿਕਾਰਯੋਗ ਭਾਈ ਗੁਰਦਾਸ ਜੀ ਬਾਬਾ ਬਿਧੀ ਚੰਦ ਹੋਣਾ ਨੇ ਕੀਤਾ, ਤੇ ਭੋਗ ਪਵਾ ਕੇ ਮੇਰੇ ਸਤਿਗੁਰੂ ਉੱਥੋਂ ਆਏ, ਬੜੀਆਂ ਬਖਸ਼ਿਸ਼ਾਂ ਜਿਹੜੀਆਂ ਸੀ ਉਹ ਪਰਿਵਾਰ ਦੇ ਉੱਪਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤੀਆਂ। ਸੋ ਅੱਜ ਬਾਬਾ ਬੁੱਢਾ ਜੀ ਦੇ ਬਰਸੀ ਸਮਾਗਮ ਦੇ ਉੱਪਰ ਉਹਨਾਂ ਨੂੰ ਸ਼ਰਧਾ ਦੇ ਜਿਹੜੇ ਉਹ ਫੁੱਲ ਭੇਟ ਕਰਦੇ ਹਾਂ। ਉੱਥੇ ਨਾਲ ਹੀ ਅੱਜ ਦੇ ਸਮੇਂ ਦੀ ਜਿਹੜੀ ਤਰਾਸਦੀ ਹੈ, ਅੱਜ ਇਹ ਦਿਹਾੜੇ ਗੁਰਦੁਆਰਿਆਂ ਦੇ ਵਿੱਚ ਬਹੁਤ ਘੱਟ ਮਨਾਏ ਜਾ ਰਹੇ ਨੇ। ਗੁਰਦੁਆਰਿਆਂ ਦੇ ਪ੍ਰਬੰਧਕ ਆਪਣੀ ਚੌਧਰ ਵਾਸਤੇ ਜਾਂ ਆਪਣੇ ਆਪ ਨੂੰ ਵੱਡੇ ਆਗੂ ਵਿਖਾਉਣ ਵਾਸਤੇ ਜਾਂ ਕਈ ਤਰ੍ਹਾਂ ਦੀਆਂ ਸੋਚਾਂ ਹੋ ਸਕਦੀਆਂ ਨੇ, ਪਰ ਅੱਜ ਇਹ ਦਿਹਾੜੇ ਗੁਰਦੁਆਰਿਆਂ ਸਾਹਿਬਾਂ ਦੇ ਵਿੱਚੋਂ ਜਿਹੜੇ ਅਲੋਪ ਹੁੰਦੇ ਜਾ ਰਹੇ ਨੇ, ਮੈਂ ਬੜੀ ਨਿਮਰਤਾ ਸਹਿਤ ਹੱਥ ਜੋੜ ਕੇ ਦੇਸ਼ਾਂ ਵਿਦੇਸ਼ਾਂ ਦੇ ਗੁਰਦੁਆਰੇ ਸਾਹਿਬਾਂ ਦੇ ਪ੍ਰਬੰਧਕਾਂ ਦੇ ਚਰਨਾਂ ਦੇ ਉੱਪਰ ਸਿਰ ਰੱਖ ਕੇ ਬੇਨਤੀ ਕਰਦਾ, ਭਾਈ ਇਹ ਦਿਹਾੜੇ ਜ਼ਰੂਰ ਮਨਾਇਆ ਕਰੋ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦਾ ਬੜਾ ਜੀਵਨ ਹੈ, ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਕਮਾਈ ਹੈ। ਬਾਬਾ ਬੁੱਢਾ ਸਾਹਿਬ ਜੀ ਉਹ ਸਿੱਖ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋ ਗਿਆ ਸੀ ਨਾ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੋਚਦੇ ਸਨ ਸਵੇਰੇ ਪ੍ਰਕਾਸ਼ ਕਰਨਾ ਤੇ ਕਿਸ ਸਿਰ ਦੇ ਉੱਪਰ ਸੁਭਾਇਮਾਨ ਹੋ ਕੇ ਜਾਵੇ। ਉਧਰੋਂ ਬਾਬਾ ਬੁੱਢਾ ਸਾਹਿਬ ਨਮਸਕਾਰ ਕਰਨ ਆ ਗਏ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਮੈਂ ਸੋਚ ਰਿਹਾ ਸਾਂ ਜਿਹੜੀਆਂ ਉਹ ਮੇਰੀਆਂ ਗੁਰੂ ਨਾਨਕ ਨੇ ਪੂਰੀਆਂ ਕਰਤੀਆਂ, ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਭਾਇਮਾਨ ਕਰਕੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਜਿਹੜਾ ਉਹ ਕਰਵਾਇਆ ਸੀ। ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ। ਸੋ ਸਾਧ ਸੰਗਤ, ਇਸ ਕਰਕੇ ਇਹਦੇ 'ਤੇ ਤਰਕ ਵਿਤਰਕ ਨਾ ਕਰੀਏ, ਬੜੇ ਪ੍ਰਚਾਰਕਾਂ ਦਾ ਜ਼ੋਰ ਲੱਗਾ, ਜਿਹੜੇ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮਾਤਾ ਗੰਗਾ ਜੀ ਅਰਦਾਸ ਕਰਾਉਣ ਗਏ, ਅਰਦਾਸ ਕਿਸੇ ਨੇ ਕੀਤੀ ਨਹੀਂ, ਬਹੁਤ ਰੌਲਾ ਪਾਇਆ ਜਾਂਦਾ। ਜਿਵੇਂ ਆ ਹੁਣ ਵੀ ਆ 1 ਸਤੰਬਰ ਤੋਂ ਲੈ ਕੇ ਇਹਨਾਂ ਦਿਨਾਂ ਦੇ ਵਿੱਚ ਵੀ ਦਿੱਲੀ ਦੀ ਧਰਤੀ ਦੇ ਉੱਤੇ ਉਹਨਾਂ ਪ੍ਰਚਾਰਕਾਂ ਵੱਲੋਂ ਬੜਾ ਰੌਲਾ ਪਾਇਆ ਜਾ ਰਿਹਾ, ਮੁਜ਼ਾਹਰੇ ਕੀਤੇ ਜਾ ਰਹੇ, ਬੜੇ ਪ੍ਰੋਟੈਸਟ ਕੀਤੇ ਜਾ ਰਹੇ ਨੇ। ਇਸ ਕਰਕੇ ਤਰਕ ਆਪਣੇ ਥਾਂ ਦੇ ਉੱਪਰ ਹੈ, ਪਰ ਵਿਸ਼ਵਾਸ, ਸ਼ਰਧਾ, ਭਰੋਸਾ ਇਹ ਆਪਣੇ ਥਾਂ 'ਤੇ ਹੈ। ਜਿਨ੍ਹਾਂ ਦਾ ਵਿਸ਼ਵਾਸ ਹੈ, ਜਿਨ੍ਹਾਂ ਦਾ ਭਰੋਸਾ ਹੈ, ਉਹ ਅੱਜ ਵੀ ਮਿੱਸੇ ਪ੍ਰਸਾਦੇ ਲੈ ਕੇ ਬੀੜ ਬਾਬਾ ਬੁੱਢਾ ਸਾਹਿਬ ਦੇ ਜਾ ਕੇ ਅਰਦਾਸਾਂ ਬੇਨਤੀਆਂ ਕਰਦੇ ਨੇ, ਅਤੇ ਅੱਜ ਵੀ ਬਾਬਾ ਬੁੱਢਾ ਸਾਹਿਬ ਉਹਨਾਂ ਦੀਆਂ ਝੋਲੀਆਂ ਭਰਦਾ ਜੇ, ਅੱਜ ਵੀ ਬਾਬਾ ਬੁੱਢਾ ਸਾਹਿਬ ਦੁੱਧ ਅਤੇ ਪੁੱਤ ਦੀ ਦਾਤ ਜਿਹੜੀ ਉਹ ਬਖਸ਼ਦਾ ਜੇ। ਇਸ ਕਰਕੇ ਸਾਧ ਸੰਗਤ, ਗੁਰਬਾਣੀ ਪੜ੍ਹਨ ਦਾ ਯਤਨ ਕਰੀਏ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਗੁਰੂ ਵਾਲੇ ਬਣਨ ਦਾ ਯਤਨ ਕਰੀਏ। ਇਸ ਵਿਖੜੇ ਸਮੇਂ ਦੇ ਵਿੱਚ ਸਤਿਗੁਰੂ ਕਿਰਪਾ ਕਰਨ ਆਪਣੀ ਕੌਮ ਦੇ ਉੱਤੇ, ਆਪਣੇ ਪੰਥ ਦੇ ਉੱਪਰ, ਸਾਰਿਆਂ ਨੂੰ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਸੋ ਅੱਜ ਦੇ ਇਤਿਹਾਸ ਪ੍ਰੋਗਰਾਮ ਰਾਹੀਂ, ਅੱਜ ਦਾ ਇਤਿਹਾਸ ਬਰਸੀ ਬਾਬਾ ਬੁੱਢਾ ਸਾਹਿਬ ਜੀ ਦੀ, ਉਹਨਾਂ ਬਾਰੇ ਵਿਚਾਰ ਕਰਦਿਆਂ, ਚਰਚਾ ਕਰਦਿਆਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਇਤਿਹਾਸ ਦੀ ਵਿਚਾਰ ਕਰਦਿਆਂ ਕੋਈ ਵਾਧਾ ਘਾਟਾ ਹੋ ਗਿਆ ਹੋਊਗਾ, ਸਾਧ ਸੰਗਤ ਆਪਨੇ ਅਣਜਾਣ ਸਮਝ ਕੇ ਖਿਮਾ ਕਰ ਦੇਣਾ। ਸੋ ਜੇ ਵਿਚਾਰ ਚੰਗੇ ਲੱਗਣ ਤੇ ਵੱਧ ਤੋਂ ਵੱਧ ਜਿਹੜਾ ਉਹ ਸ਼ੇਅਰ ਕਰਨ ਦਾ ਯਤਨ ਕਰਨਾ। ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅੱਜ ਦਾ ਇਤਿਹਾਸ ਪ੍ਰੋਗਰਾਮ ਰਾਹੀਂ ਆਪ ਜੀ ਦੇ ਚਰਨਾਂ ਦੇ ਵਿੱਚ ਇਸੇ ਤਰ੍ਹਾਂ ਹਾਜ਼ਰੀ ਲਵਾਵਾਂਗੇ। ਭੁੱਲ ਚੁੱਕ ਦੀ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।